ਅਸਲਾਮੁਆਲੇਕਮ ਨਾਜ਼ਰੀਨ ਪੰਜਾਬੀ ਟੀਵੀ ਐਚਡੀ ਦੇ ਨਾਲ ਮੈਂ ਹਾਂ ਅਮਨ ਚੋਦਰੀ ਦੋਸਤੋ ਅੱਜ ਅਸੀਂ ਵਿਲੇਜ ਵਲੌਗ ਤੇ ਨਿਕਲੇ ਆ ਤੇ ਅੱਜ ਅਸੀਂ ਮਿਲਵਾਵਾਂਗੇ ਤੁਹਾਨੂੰ ਚਾਚਾ ਜੀ ਨਾਲ ਜਿਨ੍ਹਾਂ ਨੇ ਸਾਈਵਲ ਨਸਲ ਦੀਆਂ ਗਾਵਾਂ ਰੱਖੀਆਂ ਨੇ ਅੱਜ ਦੀ ਵੀਡੀਓ ਉਹਨਾਂ ਲੋਕਾਂ ਲਈ ਖਾਸ ਹੈ ਜਿਹੜੇ ਲੋਕ ਡੈਰੀ ਫਾਰਮਿੰਗ ਕਰਨਾ ਚਾਹੁੰਦੇ ਨੇ ਗਾਇ ਫਾਰਮਿੰਗ ਕਰਨਾ ਚਾਹੁੰਦੇ ਨੇ ਉਹਨਾਂ ਲਈ ਬਹੁਤ ਹੀ ਖਾਸ ਹੈ ਚਾਚਾ ਜੀ ਸਾਡੇ ਨਾਲ ਮੌਜੂਦ ਨੇ ਤੇ ਆਓ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਤੇ ਮਜੀਦ ਤਫਸੀਲਾਤ ਪੁੱਛਦੇ ਆ ਉਹਨਾਂ ਤੋਂ ਬਹੁਤ ਚੰਗਾ ਕਾਰੋਬਾਰ ਹੈ ਅੱਛਾ ਕਰਨਾ ਚਾਹੁੰਦੇ ਨੇ ਕਰ ਰਹੇ ਨੇ ਸਹੀ ਮਤਲਬ ਕਿ ਇੱਕ ਗਾਂ ਕਿੰਨੇ ਇਹ ਜੀ ਇੱਕ ਡੇਢ ਵਿਕਦੀ ਪਈ ਹੈ ਦੋ ਦੀ ਵਿਕਦੀ ਪਈ ਹੈ ਅੱਛਾ ਚੰਗਾ ਕਾਰੋਬਾਰ ਸਹੀ ਹੋ ਗਿਆ ਸੋਣਾ ਤੇ ਇਹ ਤੁਹਾਡੇ ਕੋਲ ਟੋਟਲ 11 ਨੇ ਹਾਂਜੀ ਤੇ ਇਹਨਾਂ ਦਾ ਖਰਚਾ ਕਿੰਨਾ ਹੈ ਅਢਾਈ ਅਢਾਈ ਲੱਖ ਰੁਪਿਆ ਖਰਚਾ ਹੈ ਇਹਨਾਂ ਦਾ ਅਜੇ ਅੱਗੇ ਪਿੱਛੇ ਚਾਰ ਲਈ ਦੀਆਂ ਹੁਣ ਸਿਆਲ ਨੂੰ ਅਸਾਂ ਮੰਨ ਲੈਣੀ ਆ ਅੱਛਾ ਸਿਆਲ ਸਿਆਲ ਦਾ ਜਿਹੜਾ 6 ਮਹੀਨਿਆਂ ਦਾ ਹੈ ਉਹ ਅਢਾਈ ਲੱਖ ਰੁਪਿਆ ਖਰਚਾ ਆਏਗਾ ਤੁਹਾਡਾ ਅਢਾਈ ਲੱਖ ਰੁਪਿਆ ਸਹੀ ਮਤਲਬ ਕਿ ਜਿਹੜੇ ਪੱਠੇ ਪੁੱਠੇ ਤੁਸੀਂ ਲੈ ਕੇ ਆਣੇ ਤੇ ਮਤਲਬ ਕਿ ਇਹਨਾਂ ਨੂੰ ਕੀ ਚੀਜ਼ ਪਾਉਂਦੇ ਹੋ ਜਿਹੜੀਆਂ ਮਤਲਬ ਕਿ ਸੂਈਆਂ ਹੋਈਆਂ ਗਾਵਾਂ ਨੇ ਉਹਨਾਂ ਨੂੰ ਕੀ ਚੀਜ਼ ਪਾਉਂਦੇ ਹੋ ਕਿ ਜ਼ ਵੰਡਾ ਵੰਡਾ ਪਾਉਂਦੇ ਜੀ ਹਾਂਜੀ ਸਹੀ ਤੇ ਇੱਕ ਇੱਕ ਮਹੀਨੇ ਦੇ ਵਿੱਚ ਕਿੰਨਾ ਵੰਡਾ ਖਾ ਜਾਂਦੀਆਂ ਨੇ ਵੰਡਾ ਤਕਰੀਬਨ ਇੱਕ ਗਾਂ ਖਾ ਜਾਂਦੀ ਤਿੰਨ ਤੋਂ ਚਾਰ ਪੂਰੀਆਂ ਅੱਛਾ ਤੇ ਇਹਨਾਂ ਤੁਸੀਂ ਖਰਚਾ ਕਰਦੇ ਜੇ ਤੇ ਤੁਹਾਨੂੰ ਇਹਦੇ ਚੋਂ ਆਮਦਨ ਕੀ ਹੁੰਦੀ ਹੈ ਆਮਦਨ ਦੁੱਧ ਦੀ ਦੁੱਧ ਦੀ ਆਮਦਨ ਹੁੰਦੀ ਹੈ ਇੱਕ ਮਹੀਨੇ ਦੀ ਕਿੰਨੀ ਕਮਦਨ ਹੋ ਜਾਂਦੀ ਤੁਹਾਡੀ ਤਕਰੀਬਨ ਇੱਕ ਮਹੀਨੇ तकरीबन ਲੱਖ ਡੇਢ ਦੀ ਤਾਂ ਹੋ ਜਾਂਦੀ ਹੈ ਇੱਕ ਗਾਂ ਦੀ ਅੱਛਾ ਇੱਕ ਗਾਂ ਦੀ ਲੱਖ ਡੇਢ ਦੀ ਹੋ ਜਾਂਦੀ ਤੁਹਾਡੀ ਸਹੀ ਮਤਲਬ ਕਿ ਜਿਹੜਾ ਇਹ ਖਰਚਾ ਹੁੰਦਾ ਹੈ ਲਾ ਆ ਜਾਂਦੀ ਹੈ ਜੋ ਹੀ ਖਰਚਾ ਕੋਲੂ ਦੇ ਦਿੰਦੀ ਹੈ ਅੱਛਾ ਤੁਹਾਨੂੰ ਉਲਟਾ ਖਰਚੋ ਕੋਲੂ ਦੇ ਦਿੰਦੀ ਹੈ ਮਤਲਬ ਸਾਡਾ ਹੀ ਖਰਚਾ ਕਰਦੀਆਂ ਨੇ ਕੋਲ ਸਹੀ ਹੋ ਗਿਆ ਗਰਦਾ ਗਰਦਾ ਵੀ ਖਰਚਾ ਇਹ ਆਪ ਦਾ ਇਲਾਜ ਆਪਣਾ ਖਰਚਾ ਦੀ ਪੂਰਾ ਕਰਦੀਆਂ ਨੇ ਸਹੀ ਹੋ ਗਿਆ ਤੇ ਮਤਲਬ ਕਿ ਜਿਹੜੇ ਲੋਕ ਕਾਰੋਬਾਰ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਬੈਸਟ ਹੈ ਮਤਲਬ ਕਿ ਨੁਕਸਾਨਦਾ ਨਹੀਂ 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 ਨੁਕਸਾਨ ਨਹੀਂ ਜਿੰਨਾ ਮਰਜ਼ੀ ਕਰਨ ਖੁਸ਼ ਹੋ ਕੇ ਕਰਨ ਚੰਗਾ ਕਾਰੋਬਾਰ ਸਹੀ ਹੋ ਗਿਆ ਹਾਂ ਮਤਲਬ ਕਿ ਇਹਨਾਂ ਨੂੰ ਚਰਾਣਾ ਜ਼ਰੂਰੀ ਹੈ ਜਾਂ ਤੁਸੀਂ ਮਤਲਬ ਕਿ ਡੈਰੀ ਫਾਰਮ ਦੇ ਵਿੱਚ ਬਨ ਕੇ ਡੈਰੀ ਫਾਰਮ ਵਿੱਚ ਬਨਣੇ ਸਾਡੀ ਜ਼ਰੂਰਤ ਹੈ ਕਿ ਜੱਟ ਪੈਰ ਖੁੱਲੇ ਕਰ ਜਾਂਦੀਆਂ ਹੋਰ ਇੰਨਾ ਅਸੀਂ ਚਾਰੇ ਗੱਜਨੇ ਅਸੀਂ ਪਠੇ ਪਾਈ ਤੇ ਸਹੀ ਹੋ ਗਿਆ ਹਾਂ ਜੀ ਤੇ ਇਹ ਤੁਸੀਂ ਕਿੰਨੇ ਅਰਸੇ ਤੋਂ ਕਰ ਰਹੇ ਜੇ ਕਾਰੋਬਾਰ ਬਚਪਨ ਤੋਂ ਲੋਕ ਮਤਲਬ ਕਿ ਖਰੀਦੋ ਫਰੋਖਤ ਦਾ ਕੰਮ ਵੀ ਕਰਦੇ ਜੇ ਤੁਸੀਂ ਨਹੀਂ ਹੋਰ ਅਸੀਂ ਰੱਖੀਆਂ ਬਧਾਈ ਦੀਆਂ ਸ਼ੌਕ ਨਾਲ ਕੰਬੀ ਦੀਆਂ ਅੱਛਾ ਵੇਚਦੇ ਅਸੀਂ ਵੱਛੇ ਹੀ ਵੇਚਦੇ ਅੱਛਾ ਤੂੰ ਸਿਰਫ ਵੱਛੇ ਵੇਚਦੇ ਹੈਂ ਵੱਛੀਆਂ ਨਹੀਂ ਵੇਚੀਆਂ ਮਤਲਬ ਕਿ ਵੱਛੇ ਜਿਹੜੇ ਨੇ ਉਹ ਤੁਸੀਂ ਕੁਰਬਾਨੀ ਵਾਸਤੇ ਤਿਆਰ ਕਰਦੇ ਹੋ ਕੁਰਬਾਨੀ ਵਾਸਤੇ ਤੇ ਮਤਲਬ ਕਿ ਜਾ ਕੇ ਸੇਲ ਕਰਕੇ ਆਉਂਦੇ ਹੋ ਸੇਲ ਕਰ ਤੇ ਵੱਛੇ ਦਾ ਕੀ ਰੇਟ ਰੂਟ ਹੈ ਅਡਾਈ ਅਡਾਈ ਲੱਖ ਰੁਪਏ ਵੱਛੇ ਦਾ ਹੈ ਮਤਲਬ ਕਿ ਦੋਂਦਾ ਵੱਛਾ ਜਿਹੜਾ ਹੁੰਦਾ ਉਹਦਾ ਅਡਾਈ ਲੱਖ ਤਿੰਨ ਅਡਾਈ ਤਿੰਨ ਕਿੱਥੇ ਵੇਚਦੇ ਸਹੀ ਹੋ ਗਿਆ ਮਤਲਬ ਕਿ ਇਹ ਤੁਹਾਡੇ ਕੋਲ ਜੜੀਆਂ ਨੇ ਵੱਡੀਆਂ گاਵਾ ਜੜੀਆਂ ਸੂਈਆਂ ਹੋਈਆਂ ਕਿੰਨੀਆਂ ਨੇ ਇਹ ਜੀ 8 6 ਤੇ 7 अच्छा सात गावा का ने ਤੁਹਾਡੇ ਕੋਲ ਤੇ મતલਬ ਕਿ ਜਦੋਂ ਬੱਚੇ-ਵੱਚੇ ਲੈ ਕੇ ਜਾਂਦੇ ਜੇ ਤੁਸੀਂ ਤੇ ਕਿੰਨੇ ਕ ਕਰਕੇ ਲੈ ਕੇ ਜਾਂਦੇ ਜੇ ਤੁਸੀਂ ਆਪਣੇ ਹੀ ਲੈ ਕੇ ਜਾਂਦੇ ਜੀ ਜਾਂ ਹੋਰ ਵੀ ਖਰੀਦਦੇ ਆਪਣੇ ਹੋਰ ਨਹੀਂ ਖਰੀਦ ਕਰਦੇ ਅਸੀਂ ਗਾਰ ਦੇ ਜ਼ਾਤੀ ਲੈ ਜਾਂਦੇ ਅੱਛਾ ਤੁਸੀਂ ਆਪਣੇ ਜ਼ਾਤੀ ਬੱਚੇ ਲੈ ਜਾਂਦੇ ਨੇ ਤਿਆਰ ਕਰਨ ਨੇ ਜ਼ਾਤੀ ਕਰਨ ਸਹੀ ਹੋ ਗਿਆ ਹੂੰ ਸਹੀ ਹੋ ਗਿਆ મતલਬ ਕਿ ਤੁਸੀਂ ਆਪਣਾ ਜ਼ਬਰਦਸਤ ਕਾਰੋਬਾਰ ਕਰ ਰਹੇ ਜੇ ਇੱਕ ਪਿੰਡ ਦੇ ਵਿੱਚ ਰਹੇ ਹੋ ਹਾਂ ਇੱਕ ਬਹੁਤ ਹੀ ਅੱਛਾ ਕਾਰੋਬਾਰ ਮਤਲਬ ਕਿ ਅਗਰ ਪ੍ਰੋਫਿਟੇਬਲ ਹੈ ਤਾਂ ਤੁਸੀਂ ਅੱਗੇ ਕਰ ਰਹੇ ਹੋ ਬਹੁਤ ਬਹੁਤ ਅਗਰ ਨੁਕਸਾਨ ਮਤਲਬ ਸੋਹਣਾ ਕਾਰੋਬਾਰ ਮਤਲਬ ਕਿ ਜ਼ਬਰਦਸਤ ਕਾਰੋਬਾਰ ਜ਼ਬਰਦਸਤ ਇਹ ਜਨੰਗਾ ਕਾਰੋਬਾਰ ਹੀ ਨਹੀਂ ਹੈ ਸਹੀ ਹੋ ਗਿਆ ਬੜੀ ਪ੍ਰੋਫਿਟ ਵਾਲਾ ਪ੍ਰੋਫਿਟ ਵਾਲਾ ਕਾਰੋਬਾਰ ਹੈ ਮਤਲਬ ਕਿ ਅਗਰ ਤੁਸੀਂ ਰੱਖਦੇ ਹੋ ਹਾਂਜੀ ਡੈਰੀ ਫਾਰਮਿੰਗ ਦੇ ਵਿੱਚ ਡੈਰੀ ਫਾਰਮਿੰਗ ਤੇ 11 ਗਾਵਾਂ ਹਾਂਜੀ ਉਹਨਾਂ ਦਾ 1.5 ਲੱਖ ਰੁਪਿਆ 6 ਮਹੀਨੇ ਦਾ ਖਰਚਾ ਤੇ ਅਗਰ ਸਾਲ ਦਾ ਕੀਤਾ ਜਾਵੇ ਤੇ ਸਾਲ ਦਾ ਤਾਂ ਮੋੜੋ 5 ਲੱਖ ਰੁਪਏ 5 ਲੱਖ ਖੁੱਲਾ ਖਾ ਜਾਂਦੀਆਂ ਹਾਂ ਹਾਂ ਤੇ ਜਿਹੜਾ ਉਹ ਦੁੱਧ ਦਿੰਦੀਆਂ ਉਹਦੇ ਨਾਲ ਤੁਹਾਡਾ ਉਹ ਖਰਚਾ ਵੀ ਪੂਰਾ ਕਰਨ ਗਿਆ ਖਰਚਾ ਵੀ ਪੂਰਾ ਕਰਨੀ ਆ ਔਰ ਸਾਡਾ ਘਰ-ਬਾਰ ਦਾ ਖਰਚਾ ਹੀ ਘਰ-ਬਾਰ ਦਾ ਵੀ ਪ੍ਰੋਫਿਟ ਵੀ ਤੁਹਾਨੂੰ ਕਰਨੀ ਆ ਚਾਹੀਦਾ ਹੈ। ਕਰਨੀ ਆ। ਸਹੀ ਹੋ ਗਿਆ। ਬਹੁਤ-ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਬਹੁਤ ਅੱਛੀ ਤੁਸੀਂ ਇਨਫੋਰਮੇਸ਼ਨ ਦਿੱਤੀ। ਠੀਕ ਹੈ ਜੀ। ਕਿੰਨਾ ਮਹੀਨੇ ਦਾ ਸਨ ਦੋ ਬੱਚੇ ਵਿੱਚ? ਅੱਛਾ ਕੀ ਰੇਟ ਸੀ? ਕਿੰਨਾ ਮਹੀਨੇ? ਹੂੰ। ਉਹ ਵਿੱਚ ਨਾ ਸਨ 2 ਲੱਖ ਰੁਪਏ। ਅੱਛਾ 3 ਮਹੀਨੇ ਦੇ? 3 ਮਹੀਨੇ ਤੇ ਦੋ ਬੱਚੇ ਸੀ। ਦੁੱਧ ਬੜਾ ਪਿਵਾਇਆ ਉਹਨਾਂ ਨੂੰ। ਅੱਛਾ ਦੁੱਧ ਬਹੁਤ ਜ਼ਿਆਦਾ ਤੋਂ ਜ਼ਿਆਦਾ ਪਿਵਾਇਆ। ਸਾਰਾ ਹੀ ਮਤਲਬ ਪਿਵਾਇਆ ਅਸੀਂ ਗਰਾਈਂ ਦੇ ਚੋਇਆ ਨਹੀਂ ਉਹਨਾਂ ਨੂੰ। ਅੱਛ ਸਹੀ ਮਤਲਬ 90 15 ਦੇ ਵਿੱਚ ਹਾਂ 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 ਇੱਕ ਉਹ ਸਹੀ ਇਸ ਦਾ ਨਾਂ ਦਾ ਨਾਰੀ ਦਾ ਅੱਛਾ ਇੱਕ ਇਦਲੀ ਉਹ ਜਿਹੜੀ ਥੋੜੀ ਸਹੀ ਠੀਕ ਹੋ ਗਿਆ ਹੋਰ ਬਹੁਤ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਤੁਸੀਂ ਬਹੁਤ ਅੱਛੀ ਇਨਫਾਰਮੇਸ਼ਨ ਦਿੱਤੀ ਠੀਕ ਹੈ ਕਿਉਂਕਿ ਕੁਝ ਲੋਕਾਂ ਦਾ ਕਹਿਣ ਹੈ ਕਿ ਇਹ ਪ੍ਰੋਫਿਟੇਬਲ ਨਹੀਂ ਹੈ ਇਹਦੇ ਵਿੱਚ ਨੁਕਸਾਨ ਬਹੁਤ ਹੁੰਦਾ ਹੈ ਲੇਕਿਨ ਇਹਦੇ ਵਿੱਚ ਕਰਨ ਦਾ ਤਜਰਬਾ ਹੋਵੇ ਤੇ ਕੰਮ ਕੋਈ ਵੀ ਮੁਸ਼ਕਲ ਨਹੀਂ ਹੁੰਦਾ ਤਜਰਬਾ ਬਹੁਤ ਹੈ ਤੇਰੇ ਸਾਹਮਣੇ ਖੜੀ ਹਾਂ 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 ਕੋਈ ਗਾਟਾ ਨਹੀਂ ਰਬਲ ਉਹ ਨਾ ਨਾ ਗਾਟਾ ਵੇ ਗਾਟਾ ਇਹਨਾਂ ਦੇ ਕੋਈ ਗਾਟਾ ਕੋਈ ਨਹੀਂ ਇਹਨਾਂ ਦੇ ਨਹੀਂ ਤੇ ਜਦੋਂ ਇਹਨਾਂ ਵਾਸਤੇ ਕੋਈ ਡਾਕਟਰ ਵੀ ਰੱਖਿਆ ਹੋਇਆ ਤੁਸੀਂ ਡਾਕਟਰ ਅਮਰਿੰਦ ਅੱਛਾ ਮਤਲਬ ਕਿ ਇਹਨਾਂ ਨੂੰ ਟੀਕਾ ਸ਼ਿਕਾ ਲਵਾਉਂਦੇ ਜੇ ਸੈਟ ਰੱਖਣ ਵਾਸਤੇ ਡਾਕਟਰ ਨੂੰ ਚੈੱਕ ਚੁੱਕ ਵੀ ਤੁਸੀਂ ਕਰਾਈਂਦੇ ਨੇ ਸਰਕਾਰੀ ਇਹ ਮਤਲਬ ਕਿ ਬਲੀਡਿੰਗ ਕਰਵਾਉਂਦੇ ਜੇ ਜਦੋਂ ਤੁਸੀਂ ਇਸ ਸੰਡੇ ਕੋਲ ਲੈ ਕੇ ਜਾਂਦੇ ਜੀ ਜਾਂ ਡਾਕਟਰ ਕੋਲ ਹੀ ਆ ਕੇ ਮਤਲਬ ਕਿ ਕਰਵਾਉਂਦੇ ਜੇ ਤੁਸੀਂ ਦੰਦ ਦਾ ਚੜਨ ਹੈ ਅੱਛਾ ਆਪਣਾ ਦਾੰਦ ਸਹੀ ਹੋ ਗਿਆ ਠੀਕ ਹੋ ਚੰਗਾ ਦਾੰਦ ਚੜਨਾ ਸਹੀ ਹੋ ਗਿਆ ਇੱਕ ਜੇ ਅਸਾਂ ਚੋਲ ਅਸਾਂ ਨਹੀਂ ਛੱਡਿਆ ਉਹ ਚੀਨੀ ਵੈਣ ਨਹੀਂ ਹਾਂ 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 ਮਤਲਬ ਕਿ ਅਗਰ ਸਾਈਵਲ نسل ਦੀ ਹੋਵੇ ਤੇ ਉਹਦੇ ਤੇ ਸਾਈਵਲ نسل ਦਾ ਹੀ ਦਾੰਦ ਛੱਡਦਾ ਫਿਰ ਮਤਲਬ ਕਿ ਪਿਓਰ ਉਹੀ نسل ਹੋਵੇ ਇਹ ਹੋਰ ਸਹੀ ਹੋ ਗਿਆ ਅਸੀਂ ਐਵੇਂ ਕਰਨੇ ਠੀਕ ਹੈ ਤੇ ਅਗਰ ਸਾਈਵਲ نسل ਦੀ ਛੱਡੇ ਦਾ ਕੀ ਪਹਿਚਾਨ ਹੁੰਦਾ ਜਿੱਤੂ ਮਤਲਬ ਕਿ ਦੁੱਧ ਚੁੰੰਦੇ ਜੇ ਤੁਸੀਂ ਛੱਡਾ ਚੰਗਾ ਚੱਕਲੀ ਵਾਲਾ ਹੁੰਦਾ ਅੱਛਾ ਗੋਲ ਗੋਲ ਢੇਠਾ ਨਹੀਂ ਹੁੰਦਾ ਚੰਗਾ ਚਾੜਵਾ ਛੱਡਾ ਹੁੰਦਾ ਖੁੱਲਾ ਹਾਂ ਤੇ ਤੰਦਰੁਸਤ ਥਾਣਾਂ ਦੀ ਕੀ ਪਹਿਚਾਨ ਹੁੰਦੀ ਹੈ ਚੰਗਾ ਥਾਣ ਸਹੀ ਹੋਏਗਾ ਮੁੱਠ ਬਰਵਾ ਅਗਰ ਬਿਮਾਰ ਹੋਏ ਮਤਲਬ ਕਿ ਸੁੱਕਾ ਹੋਵੇ ਤਾਂ ਉਹਦੀ ਕੀ ਪਛਾਣ ਹੁੰਦੀ ਵੀ ਆ ਘੱਟ ਦੁੱਧ ਦੇਵੇਗਾ ਜਾਂ ਫਾਰ ਮਾਰਦਾ ਹੋਏਗਾ ਉਹਦੀ ਕੀ ਪਛਾਣ ਹੈ ਉਹ ਬਿਲਕੁਲ ਛੋਟਾ ਛੋਟਾ ਹੋਸੀ ਉਹ ਛੋਟਾ ਛੋਟਾ ਹੋਏ ਬਰੀਕ ਜਿਹਾ ਸਹੀ 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 ਮਤਲਬ ਕਿ ਗਾਏ ਸਾਈਬਾ ਨਸਲ ਦੀ ਉਹ ਖਰੀਦਣੀ ਚਾਹੀਦੀ ਹੈ ਜਿਹਦਾ ਬਰਵਾ ਹੋਵੇ ਹਾਂ ਸਹੀ ਹੋ ਗਿਆ ਬਹੁਤ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਉਮੀਦ ਕਰਦੇ ਹਾਂ ਕਿ ਵੀਡੀਓ ਤੁਹਾਨੂੰ ਪਸੰਦ ਆਈ ਹੋਏਗੀ ਅਗਰ ਪਸੰਦ ਆਈ ਹੈ ਤਾਂ ਲਾਈਕ ਕਰੋ ਕਮੈਂਟ ਕਰੋ ਤੇ ਇਸ ਵੀਡੀਓ ਦਾ ਆਪਣਾ ਫੀਡਬੈਕ ਜ਼ਰੂਰ ਦਿਓ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਅੱਲਾਹ ਹਾਫਿਜ਼